ਦੋਵਾਂ ਮੁਲਕਾਂ ਦੇ ਵਿੱਚ ਮਨਾਈ ਜਾ ਰਹੀ ਹੈ ਮਹਾਂ ਸ਼ਿਵਰਾਤਰੀ। ਇੰਡੀਆ ਦੇ ਹਰੇਕ ਸ਼ਹਿਰ ਦੇ ਵਿੱਚ, ਹਰੇਕ ਪਿੰਡ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ, ਬੜੀ ਸ਼ਰਧਾ ਦੇ ਨਾਲ ਮਨਾਈ ਜਾ ਰਹੀ ਹੈ ਮਹਾਂ ਸ਼ਿਵਰਾਤਰੀ। ਤਾਂ ਪਾਕਿਸਤਾਨ ਦੇ ਵਿੱਚ ਕਟਾਸ ਰਾਜ 'ਚ, ਉੱਥੇ ਮਨਾਈ ਜਾ ਰਹੀ ਹੈ ਮਹਾਂ ਸ਼ਿਵਰਾਤਰੀ। ਇੰਡੀਆ ਤੋਂ ਕਈ ਵੀਰ ਉੱਥੇ ਗਏ ਨੇ ਕਟਾਸ ਰਾਜ ਯਾਤਰਾ 'ਤੇ, ਜਿਨ੍ਹਾਂ ਵਿੱਚ ਕ੍ਰਿਸ਼ਨ ਤਨੇਜਾ ਜੀ ਵੀ ਨੇ, ਜਿਹੜੇ ਫਾਜ਼ਿਲਕਾ ਤੋਂ ਬਿਲੋਂਗ ਕਰਦੇ ਨੇ, ਉਹ ਵੀ ਗਏ ਨੇ। ਤਾਂ ਉਹਨਾਂ ਨੇ ਵੀਡੀਓ ਭੇਜੀ ਹੈ, ਆਓ ਫਿਰ ਵੀਡੀਓ ਦੇਖ ਲਈਏ ਕਿਸ ਤਰ੍ਹਾਂ ਲੋਕ ਪਹੁੰਚੇ ਨੇ ਕਟਾਸ ਰਾਜ 'ਚ। ਦੋਸਤ ਸਾਹਿਬ ਕਰੋ ਬੰਬ ਬੰਬ ਬੋਲੇ ਹੁਣ। ਜੇ ਸਭੀ ਭਾਈ ਬੰਧੂ ਕਟਾਸ ਰਾਜ ਜਾ ਰਹੇ ਹਾਂ ਅੱਜ, ਯਹਾਂ ਸੇ ਲਾਹੌਰ ਸੇ ਨਿਕਲੇਂਗੇ ਔਰ ਕੱਲ੍ਹ ਸ਼ਿਵਰਾਤਰੀ ਕਾ ਪੂਜਨ ਕਰੇਂਗੇ। ਔਰ ਯੇ ਅਲੱਗ ਅਲੱਗ ਸਟੇਟ ਸੇ, ਇੰਡੀਆ ਸੇ ਜਾਂ ਲਾਹੌਰ ਪਹੁੰਚੇ ਹੈ। ਕੋਈ ਭਾਈ ਹਰਿਆਣਾ, ਕੋਈ ਬੰਗਲੌਰ, ਕੋਈ ਚੰਡੀਗੜ੍ਹ, ਕੋਈ ਮੋਗਾ, ਰਾਜਸਥਾਨ, ਹਰਿਆਣਾ, ਮੇਰਠ, ਬੰਗਲੌਰ, ਕਹਾਂ ਸੇ ਸਰ? ਵਿਸ਼ਾਖਾਪਟਨਮ ਜੀ। ਹਮਾਰੇ ਗੋ ਸਵਾਮੀ ਜੀ ਖੜੇ ਹੈ, ਸਾਥ ਮੇਂ ਸ਼ਰਮਾ ਜੀ ਹੈ ਔਰ ਮੈਡਮ ਅਨੇਜਾ ਜੀ ਮੋਗਾ ਸੇ, ਔਰ ਯੇ ਕਾਲਣਾ ਸਾਹਿਬ ਹੈ, ਪਵਨ ਗੁਪਤਾ ਦਿੱਲੀ ਸੇ, ਔਰ ਯੇ ਹਮਾਰੇ ਸਰਦਾਰ ਜੀ, ਹਮਾਰੇ ਸਰਦਾਰ ਫਜ਼ਿਲਕਾ ਸੇ, ਭਾਈ ਕੋ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਆਪਕਾ ਬਹੁਤ ਆਭਾਰ। ਇੱਕ ਸ਼ੰਕਰ ਕਾ ਜੈਕਾਰਾ ਤਾਂ ਲਗਾ ਦੋ। ਕਿਆ ਜੈਕਾਰੇ ਵੀਰ ਬਜਰੰਗੀ, ਹਰ ਹਰ ਮਹਾਦੇਵ। ਸਰਦਾਰ ਜੀ ਥੋੜ੍ਹਾ ਜਿਹਾ ਸਾਨੂੰ ਵੀ ਦਰਸ਼ਨ ਦਿਓ, ਤੁਸੀਂ ਇੱਥੇ ਰਹਿੰਦੇ ਹੋ। ਕੀ ਨਾਂ ਸਰ? ਜਗਿੰਦਰ ਸਿੰਘ ਖਾਲਸਾ। ਹਾਂਜੀ।